ਕਹਿੰਦਾ ਮੈਂ ਤੇਰੀ ਗੱਡੀ ਚਲਾਉਣਾ, ਤੂੰ ਕਿਹਾ ਇੱਥੇ ਲਾ ਦੇ, ਮੈਂ ਰਾਹ ਬੰਦ ਕਰਦਾ। ਹਾਂ ਕੌਣ? ਮੈਂ ਤਾਂ ਡਰਾਈਵਰ ਹਾਂ। ਇਹ ਜੀ ਅਸੀਂ ਲਾਇਆ ਜੀ, ਇਹ ਜਾਖਲ ਤੋਂ ਜਿਹੜਾ ਸੁਨਾਮਨ ਮੇਨ ਹਾਈਵੇ ਆ ਉਹ ਜਾਮ ਕੀਤਾ ਅਸੀਂ ਨੇ। ਉਹ ਜਾਮ ਇਸ ਕਰਕੇ ਕੀਤਾ, ਜਿਹੜੇ ਸਰਕਾਰ ਨੇ ਸਾਡੇ ਡਰਾਈਵਰਾਂ ਦੇ ਵਿਰੁੱਧ ਕਾਲੇ ਕਾਨੂੰਨ ਲਾਗੂ ਕਰੇ ਨੇ, ਵੀ 10 ਸਾਲ ਦੀ ਸਜ਼ਾ ਜੀ, 7 ਲੱਖ ਰੁਪਈਆ ਜੁਰਮਾਨਾ। ਅੱਜ ਦੱਸੋ ਵੀ 7 ਲੱਖ ਕਿਹੜੇ ਡਰਾਈਵਰ ਦੇ ਘਰੇ ਆ? ਕਿਸੇ ਦੇ ਵੀ ਨਹੀਂ। ਬਾਕੀ ਸਾਡੇ ਕਈ ਯੂਨੀਅਨ ਇਕੱਠੀਆਂ, ਜਿਵੇਂ ਸਾਡੇ ਟਰੱਕ ਯੂਨੀਅਨ ਹੋ ਗਈ ਲਹਿਰਾ ਗਾਗਾ, ਅਤੇ ਟੈਕਸੀ ਯੂਨੀਅਨ ਲਹਿਰਾ ਗਾਗਾ, ਅਤੇ ਪਿਕਅਪ ਯੂਨੀਅਨ ਲਹਿਰਾ ਗਾਗਾ, ਛੋਟਾ ਹਾਥੀ ਯੂਨੀਅਨ ਲਹਿਰਾ ਗਾਗਾ, ਅਤੇ ਸਾਡੀ HTC ਟਰਾਂਸਪੋਰਟ ਗੋਬਿੰਦਗੜ੍ਹ ਜੇਜੀਆਂ, ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਨਾਲ ਸਾਡੇ ਕਿਸਾਨ ਯੂਨੀਅਨ ਆ, ਜਿਵੇਂ ਡਕਾਉਂਦਾ ਗਰੁੱਪ ਹੈ, ਅਤੇ ਕਿਸਾਨ ਯੂਨੀਅਨ ਹੋਰ ਵੀ ਜਥੇਬੰਦੀਆਂ ਹੈਗੀਆਂ ਸਾਡੇ ਨਾਲ, ਇਹਨਾਂ ਨੇ ਸਾਡਾ ਸਾਥ ਦਿੱਤਾ, ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਬਾਕੀ ਜਿਹੜੀ ਐਕਸੀਡੈਂਟ ਦੀ ਗੱਲ ਆ ਗਈ ਜੀ ਸਰਕਾਰ ਦੀ, ਵੀ ਐਕਸੀਡੈਂਟ ਕਰਦੇ ਨੇ ਡਰਾਈਵਰ, ਡਰਾਈਵਰ ਭਲਾ ਜੀ ਕਿਉਂ ਐਕਸੀਡੈਂਟ ਕਰੂਗਾ? ਉਹਦੇ ਲਈ ਤਾਂ ਗੱਡੀ ਚਲਾਉਣ ਨੂੰ ਪੈਸੇ ਨਹੀਂ ਹੈਗੇ, ਗੱਡੀਆਂ ਦੇ ਕੰਮ ਕਿੱਥੋਂ ਕਰਾ ਲੂਗਾ ਉਹ ਬੰਦਾ ਐਕਸੀਡੈਂਟ ਕਰਕੇ? ਬਾਕੀ ਜੇ ਕੋਈ ਗੱਡੀ ਦੇ ਮੂਹਰੇ, ਹੁਣ ਸਰਕਾਰਾਂ ਤਾਂ ਥੋਪੀ ਜਾਂਦੇ ਨਵੇਂ ਨਵੇਂ ਕਾਨੂੰਨ ਆ, ਜੇ ਹੁਣ ਸਰਕਾਰਾਂ 'ਤੇ ਅਵਾਰਾ ਪਸ਼ੂ ਹੋ ਰਹੇ ਨੇ, ਅਵਾਰਾ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ, ਜਾਨਵਰ ਹੋ ਰਹੇ ਨੇ, ਹੈ ਜੀ, ਉੱਥੇ ਕਿਸੇ ਵੀ ਗੱਡੀ ਵਾਲੇ ਦਾ ਨੁਕਸਾਨ ਹੁੰਦਾ ਹੈ, ਤਾਂ ਉਹ ਗੱਡੀ ਵਾਲੇ ਨੂੰ ਸਰਕਾਰ ਕੋਈ ਮੁਆਵਜ਼ਾ ਦਿੰਦੀ ਹੈ? ਸਾਨੂੰ ਤਾਂ ਬੀਮਾ ਵੀ ਨਹੀਂ ਮਿਲਦਾ ਗੱਡੀਆਂ ਦਾ, ਉਹ ਵੀ ਕੱਟ ਕੇ ਖੜ੍ਹ ਜਾਂਦੇ ਨੇ। ਇਸ ਵਾਸਤੇ ਅਸੀਂ ਰੋਸ ਧਰਨਾ ਲਾਇਆ ਵੀ ਸਾਡਾ ਜਿਹੜੇ ਕਾਲਾ ਕਾਨੂੰਨ ਹੈ। ਹਾਂਜੀ, ਅਗਲਾ ਸੰਘਰਸ਼ ਕੀ? ਅਸੀਂ ਜੀ ਕੱਲ੍ਹ ਨੂੰ ਇਹ ਸਾਡਾ ਚੰਨੋਵਾਲਾ ਪਟਿਆਲਾ ਰੋਡ ਦਾ ਹਾਈਵੇ ਹੈ ਜਿਹੜਾ, ਉਹ ਜਾਮ ਹੈ ਜੀ ਕੱਲ੍ਹ ਨੂੰ ਸਾਡੀਆਂ ਯੂਨੀਅਨਾਂ ਵੱਲੋਂ, ਸਾਰੀਆਂ ਵੱਲੋਂ ਅਸੀਂ ਵੱਧ ਤੋਂ ਵੱਧ ਚੜ੍ਹ ਕੇ ਉੱਥੇ ਜਾ ਰਹੇ ਹਾਂ। ਜਿੰਨਾ ਚਿਰ ਸਾਡੇ ਇਹ ਕਾਨੂੰਨ ਰੱਦ ਨਹੀਂ ਹੁੰਦੇ, ਅਸੀਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਾਂਗੇ। ਕੀ ਨਾਮ ਹੈ? ਮੇਰਾ ਨਾਮ ਜੀ ਜਸਵੀਰ ਸਿੰਘ ਪਟਾਲਕਲਾਂ ਜੀ, ਟਰੱਕ ਯੂਨੀਅਨ ਲਹਿਰਾ ਗਾਗਾ ਜੀ। ਜਸਵੀਰ ਸਿੰਘ, ਅੱਜ ਕੀ ਪ੍ਰੋਗਰਾਮ ਸੀ ਤੁਹਾਡਾ ਹੈਗਾ ਟਰੱਕਾਂ ਦੇ? ਤੁਸੀਂ ਡਰਾਈਵਰਾਂ ਨੂੰ ਰੋਕ ਹਾਰ ਪਾ ਰਹੇ ਸੀ, ਕਿਉਂ ਪਾ ਰਹੇ ਸੀ? ਅਸੀਂ ਜੀ ਟਰੱਕਾਂ ਜਿਹੜੇ ਕਿ ਸਾਡੇ ਇਸ ਧਰਨੇ ਵਿੱਚ ਸ਼ਾਮਿਲ ਨਹੀਂ ਹੁੰਦੇ, ਫਿਰ ਵੀ ਗੱਡੀਆਂ ਚਲਾਈ ਜਾਂਦੇ ਨੇ, ਸਾਡੇ ਰੋਕਣ ਦੇ ਬਾਵਜੂਦ ਵੀ ਉਹ ਡਰਾਈਵਰ ਨੇ ਜਿਹੜੇ ਗੱਡੀਆਂ ਚਲਾ ਰਹੇ ਨੇ, ਅਸੀਂ ਉਹਨਾਂ ਦੇ ਜੀ ਰੋਕ ਰੋਕ ਕੇ ਹਾਰ ਪਾ ਰਹੇ ਹਾਂ। ਸਾਡਾ ਇਹ ਧਰਨਾ ਹੈ ਜੋ ਲਹਿਰਾ ਗਾਗਾ ਪੁਲ ਦੇ ਉੱਤੇ ਲੱਗਿਆ ਹੋਇਆ ਜਾਖਲ ਕੈਂਚੀਆਂ ਦੇ ਕੋਲ, ਇਸ ਕਰਕੇ ਕਿ ਸਾਡਾ ਰੋਸ ਹੈ ਉਹਨਾਂ 'ਤੇ, ਤਾਂ ਹੀ ਹਾਰ ਪਾਉਂਦੇ ਹਾਂ ਜੀ ਕਿ ਤੁਸੀਂ ਵੀ ਯਾਰ ਸਾਡੇ ਧਰਨੇ ਦੇ ਵਿੱਚ ਸਾਥ ਦਿਓ। ਪਿਆਰ ਸਤਿਕਾਰ ਨਾਲ ਬੈਠ ਕੇ ਅਸੀਂ ਇਸ ਧਰਨੇ ਦਾ ਉਹ ਕਰ ਰਹੇ ਹਾਂ ਜੀ ਕਿ ਤੁਸੀਂ ਪਿਆਰ ਨਾਲ ਬੈਠੋ, ਸਾਡੇ ਨਾਲ ਵੀ ਸਾਥ ਦਿਓ, ਕਿਉਂਕਿ ਸਾਡੇ ਬੱਚੇ ਨੇ, ਜੋ ਨਿੱਕੇ ਨਿੱਕੇ ਬੱਚੇ ਨੇ ਜੋ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਨੇ, ਇਹ ਸਾਡੇ ਵਾਸਤੇ ਬਹੁਤ ਮਾੜੇ ਨੇ। ਪਹਿਲਾਂ ਇਹਨਾਂ ਨੇ 15 ਸਾਲ ਪੁਰਾਣੀ ਗੱਡੀ ਦਾ ਕਾਨੂੰਨ ਲਿਆਂਦਾ, ਉਹ ਵੀ ਸਾਡੇ ਵਾਸਤੇ ਮਾੜਾ ਕਿ ਜਿਹੜਾ ਛੋਟਾ ਟਰਾਂਸਪੋਰਟ ਹੈ ਉਹ ਇਹ ਤੋਂ ਆਪਦੀ ਰੋਜ਼ੀ ਰੋਟੀ ਚਲਾਉਂਦਾ। ਇਸ ਕਰਕੇ ਵੀ ਜੇਕਰ ਉਹ 15 ਸਾਲ ਪੁਰਾਣੇ ਵੀ ਬੰਦ ਕਰ ਦਿੰਦੇ ਤਾਂ ਕਿ ਅਸੀਂ ਸੜਕਾਂ 'ਤੇ ਫਿਰ ਉਤਰਾਂਗੇ, ਕਿਉਂਕਿ ਜੀ ਜਦੋਂ ਬੇਰੁਜ਼ਗਾਰ ਹੋ ਗਏ ਇਸ ਦੇ ਨਾਲ ਹੀ ਚੋਰੀ ਠੱਗੀ ਬਹੁਤ ਸਾਰੀਆਂ ਸਮੱਸਿਆਵਾਂ ਵੱਧ ਜਾਂਦੀਆਂ ਨੇ। ਜਦੋਂ ਬੱਚੇ ਨੂੰ ਬੱਚੇ ਪਾਲਣ ਵਾਸਤੇ ਉਹਨੂੰ ਕੁਛ ਨਾ ਕੋਈ ਰਾਹ ਤਾਂ ਲੱਭਣਾ ਪੈਂਦਾ, ਚੋਰੀ ਠੱਗੀ ਕਿਸੇ ਤਰ੍ਹਾਂ ਵੀ ਉਹ ਕਰਕੇ ਆਪਣੇ ਬੱਚੇ ਪਾਲਦਾ। ਇਸ ਕਰਕੇ ਜੀ ਅੱਜ ਸਾਡਾ ਮੇਨ ਮਕਸਦ ਇਹੀ ਹੈ, ਵਿਰੋਧ ਵੀ ਇਹੀ ਹੈ, ਅਸੀਂ ਆਪਦੇ ਡਰਾਈਵਰਾਂ ਦੇ ਹੀ ਹਾਰ ਪਾ ਰਹੇ ਹਾਂ ਕਿ ਤੁਸੀਂ ਸਾਡੇ ਧਰਨੇ 'ਚ ਸਾਥ ਨਹੀਂ ਦਿੰਦੇ, ਸਾਡੇ ਨਾਲ ਖੜੋ ਅਤੇ ਸਾਡੇ ਨਾਲ ਰਹੋ। ਇਹ ਕਾਨੂੰਨ ਬਹੁਤ ਹੀ ਮੰਦਭਾਗਾ ਹੈ।